ਕੋਈ ਗੁਰਦੁਆਰੇ ਬਣ ਗਏ, ਉੱਥੇ ਗੁਰਦੁਆਰੇ ਬਣਾ ਕੇ ਗਾਵਨਾ ਕਰਦੀ ਜਿਹੜਾ ਕੱਚਾ ਰਸਤਾ ਹੁੰਦਾ ਝਪਾਲ ਜਿੱਦਾਂ ਦੀ ਤੁਰ ਕੇ ਆਉਂਦੇ ਹੁੰਦੇ ਸੀ, ਉਹ ਰਸਤਾ ਇਹਦੀ ਇਧਰਲੀ ਸਾਈਡ ਤੇ ਤੁਹਾਨੂੰ ਕੋਈ ਨੀ ਹੈਗੀ। ਇਹ ਰਸਤਾ ਆ ਰਿਹਾ ਕੱਚਾ ਝਪਾਲ ਤੋਂ, ਪਿੰਡ ਐਂਟਰੀ ਹੋ ਰਹੀ ਆ ਇੱਥੋਂ। ਪਹਿਲੀ ਨੁੱਕਰ ਉਹ ਛੱਡ ਕੇ ਦੂਸਰੀ ਨੁੱਕਰ ਕਹਿੰਦੇ ਸੀ, ਉਹ ਨੁੱਕਰ ਤੀਕਰ ਵੱਡਾ ਹਵੇਲ ਸੀਗਾ, ਕਹਿੰਦੇ ਇੱਕੋ ਹੀ ਸੀ ਸਾਡਾ ਨਿਕਲਦੀ ਸੀ ਇਹਨਾਂ ਦੇ ਘਰਾਂ ਦੇ ਸਾਹਮਣੇ ਆ ਜਾਣਾ ਯਾਰ। ਉਹ ਡੰਡੀ ਦੇ ਜਿਹੜਾ ਪਰੇ ਬਾਹਰ ਲੱਗਿਆ ਹੋਇਆ ਉਹ ਬੋਰਡ ਪੁਰਾਣਾ, ਉਹ ਬੋਰਡ ਪੁਰਾਣਾ ਉਹ ਅਸੀਂ ਦੇਖਿਆ ਸਾਡੇ ਸਾਲ ਤੋਂ ਪਹਿਲਾਂ ਦਾ ਸੀ। ਇਹ ਬਾਤ ਇਹ ਬਾਤ ਹੈ ਅਸੀਂ ਉਹ ਦੇਖੀ ਆ ਮੁਰੱਬੇ ਦੀ ਆਖਰ ਪਹਿਲੀ ਡੰਡੀ ਇਹ ਆ, ਪਹਿਲੀ ਡੰਡੀ ਇਹ ਅੱਛਾ ਪਹਿਲੀ ਡੰਡੀ ਇਹ ਆ। ਇੱਥੋਂ ਸ਼ੁਰੂ ਹੁੰਦਾ ਨੁੱਕਰ ਤੋਂ ਉਹ ਦੱਸਦੇ ਜਿੱਦਾਂ ਉਹਨਾਂ ਦੱਸਿਆ ਕਿ ਇਹ ਸਾਰਾ ਹਵੇਲ ਸਾਰਾ ਤਾਂ ਹਾਟੇ ਸੀ ਸਾਰੇ ਸਤਾਰਾਂ ਘਰ ਸੀਗੇ, ਸਤਾਰਾਂ ਘਰ ਸੀ ਸਾਰੇ। ਹਾਂਜੀ ਸਤਾਰਾਂ ਘਰ ਸੀ ਅਠਾਰਾਂ ਵਿੱਚ ਸਾਰੇ। ਇਹ ਤੁਹਾਡੀ ਨਾਨੀ ਜੀ ਦਾ ਘਰ ਸੀ ਜੀ? ਨਾਨੀ ਉਹਨੇ ਮੈਨੂੰ ਸਾਰਾ ਦੱਸਿਆ ਕਿ ਸਾਡਾ ਘਰ ਇੱਥੇ ਸੀਗਾ। ਕਹਿੰਦੇ ਸੀ ਜਿਹੜੀ ਪਿੰਡੋਂ ਡੰਡੀ ਵੱਢਦੀ ਸੀ ਨਾ ਪੁਰਾਣੀ ਡੰਡੀ, ਆਹ ਪੁਰਾਣੀ ਸੀ ਡੰਡੀ ਸੀ। ਇੱਕ ਕਹਿੰਦੇ ਸੀਗੇ ਕਿ ਇੱਕ ਪੈਸਾ ਹੁੰਦਾ ਸੀ ਕਹਿੰਦੇ ਸੀ ਝਪਾਲਾ, ਉਹਦਾ ਉਹ ਅਸੀਂ ਵੀ ਪੜ੍ਹਨ ਆਉਂਦੇ ਰਹੇ ਗਲਾਲੀਪੁਰ। ਹਾਂਜੀ ਅਸੀਂ ਉਹਦੇ ਨਾਲ ਵੀ ਆਉਂਦੇ ਰਹੇ ਹਾਂ। ਅਠਾਰਾਂ ਹਾਤੇ ਸੀ ਪਹਿਲਾਂ ਟੋਟਲ, ਹਾਂਜੀ ਹੁਣ ਹੁਣ 400 ਕੁਛ ਆ। ਹਾਂਜੀ ਹੁਣ 400 ਘਰ ਬਣਿਆ ਹੋਇਆ। ਇਹ ਪਿੰਡ ਦਾ ਬਾਜ਼ਾਰ ਹੈ ਜੀ, ਆ ਵਿਚਾਲਾ ਤਾਂ ਨਹੀਂ ਵਿਚਾਲਾ, ਆ ਵਿਚਾਲਾ ਬਾਜ਼ਾਰ ਉਧਰੋਂ ਐਦਾਂ ਹੁੰਦਾ ਵਿਚਾਲਾ ਬਾਜ਼ਾਰ, ਠੀਕ ਹੈ ਜੀ। ਇਹ ਆਰ ਪਾਰ ਹੁੰਦੇ ਉਹ ਜਿਹੜੀ ਬਾਹਰ ਦੀ ਫਰਨੀ ਆ ਗਈ ਤੇ ਉਹ ਹਾਂਜੀ ਹਾਂਜੀ ਉਹ ਸੈਂਟਰ ਆ ਗਿਆ ਸਾਰਾ ਸਵਾਦ ਹੈ। ਆਇਓ ਇਸ ਬਾਜ਼ਾਰੇ ਜਾਣਾ, ਹਾਂਜੀ ਚਲੋ ਜੀ। ਬੇਰੀਆਂ ਬੂਰੀਆਂ ਦਰਖਤਾਂ ਕਾਫੀ ਘੱਟ ਦੇਖ ਲੋ, ਪਿੰਡ ਪਿੰਡ ਵਾਲਾ ਮਾਹੌਲ ਹੈ ਜੀ, ਪਿੰਡ ਪੂਰਾ ਪਿੰਡ ਹੈ ਜੀ।
ਪਿੰਡ ਵੀ ਉਹਦੇ ਠੀਕ ਹੈ ਜੀ, ਨਾਲੀਆਂ ਖੋਲ੍ਹਾਂ ਪਾਣੀ ਲੱਗੀ ਸਾਡੇ ਤਾਂ ਫਿਰ ਵੀ ਮੇਨ ਚੌਂਕ ਇੱਥੇ ਖਰਾਬ ਸੀਗਾ ਆਟਾ ਪੀਣ ਦਾ। ਅੱਛਾ, ਉਹ ਦੱਸਦੇ ਆ ਬੀਜੀ ਕਿ ਇੱਥੇ ਖਰਾਬ ਸੀਗਾ, ਇੱਥੇ ਆਟਾ ਪੀਣ ਔਰ ਸੀਗਾ ਇੱਥੇ, ਅਸੀਂ ਆਪ ਦੇਖਿਆ ਜੀ, ਇਹਦਾ ਅਸੀਂ ਵੀ ਦੇਖਿਆ ਖਰਾਬ ਸੀ ਕਈ ਦਫ਼ਾ ਗੁਜ਼ਾਰੇ ਲੰਘਦੇ ਹੁੰਦੇ। ਹਾਂਜੀ ਹਾਂਜੀ, ਅਤੇ ਬੀਜੀ ਕਹਿੰਦੇ ਹੁੰਦੇ ਸੀ ਫਿਰ ਅਸੀਂ ਨਾ ਯਾਨੀ ਕਿ ਦੋ ਘਰ ਇੱਥੇ ਘੁਮਿਆਰਾ ਨੇ ਮੇਰੇ ਵਾਲ ਸਾਹਿਬ ਨੇ ਲਿਆਉਂਦੇ ਸੀਗੇ। ਅੱਛਾ, ਉਹ ਹਜੇ ਵੀ ਹੈ ਜਾਨੀ ਕਿ ਨਾ ਉਹਨਾਂ ਦੀ ਨਸਲ ਇਹ ਨਾਨਕਿਆਂ ਦੇ ਆਏ ਆ ਜੀ, ਨਾਨਕਿਆਂ ਦਾ ਪਿੰਡ ਦੇਖਣ ਆਏ ਆ, ਦੇਖਣਾ ਚਾਹੀਦਾ ਪੁਰਾਣੀ ਯਾਦ। ਸੰਤਾਲੀ ਤੋਂ ਪਹਿਲਾਂ ਵਿੱਚ ਸੀਗੇ ਤੁਸੀਂ ਸਾਹਿਬ ਦੇ ਰਿਸ਼ਤੇਦਾਰ ਹੋ ਤੁਸੀਂ? ਸਾਡੇ ਰਿਸ਼ਤੇਦਾਰ ਤਾਂ ਨਹੀਂ, ਉਹ ਤਾਂ ਉਹ ਪੜੋਸੀ ਸੀ। ਸਰ ਚਾਹ ਪੜਾਈਏ ਜੀ, ਹੁਣ ਹੁਣ ਤੁਹਾਡੇ ਦਰਸ਼ਨ ਹੋ ਗਏ, ਚਾਹ ਹੀ ਆ ਤੁਸੀਂ ਭਰਾ ਮਿਲੇ ਹੋ ਸਾਰੇ, ਚਾਂਦੀ ਖਰਾਬ ਹੋ ਗਈ ਸਾਰੇ ਉਹਦੇ ਕੋਲ ਵਾਲੇ ਖੜੇ ਹੋ ਗਏ ਆ ਕੇ, ਉਹਨੇ ਕਹਿੰਦੇ ਕਿਉਂ ਖੜੇ ਹੋ ਗਏ, ਤੁਹਾਡਾ ਇਹ ਖੁਸ਼ ਹੁੰਦੇ ਤੁਹਾਨੂੰ ਦੇਖ ਕੇ, ਸ਼ਾਹੀ ਕਿਲਾ ਦੇਖਣ ਗਏ ਅਤੇ ਉਹ ਬੱਚੇ ਆਏ ਸਨ ਕਿਲਾ ਦੇਖਣ, ਅਤੇ ਮੈਂ ਤੇ ਮੇਰੇ ਵੱਡੇ ਭਾਈ ਸਾਹਿਬ ਦੋਨੋਂ ਸਨ, ਉਹ ਬੱਚੇ ਛੱਡ ਕੇ ਆਪਣਾ ਭਾਜੀ ਭਾਜੀ ਤੁਹਾਡੇ ਆ ਗਿਆ ਆ ਗਿਆ ਅਸੀਂ ਨਾ ਭਾਜੀ ਅਸੀਂ ਏਦਾਂ ਹੀ ਲੈ ਲੈਣਾ, ਪ੍ਰਸ਼ਾਦ ਸਾਰਿਆਂ ਨੂੰ ਲੈ ਲਿਆ, ਆਓ ਜੀ
ਜੇ ਹੋਰ ਤੇ ਭਾਈ ਉੱਧਰ ਦੇ ਪੁੱਛ ਕੇ ਚੱਕ ਤੇ ਕੋਈ ਕੋਈ ਮਸਲਾ ਨੀ ਉਹ ਸੌ ਜੀ ਦੇਸੀ ਰੋਜ਼ਾਂ ਤੁਹਾਡੀ ਮਿਹਰਬਾਨੀ ਸਾਡੇ ਇੱਥੇ ਵੀ ਹੋਰ ਵੀ ਦੇਖੀਏ।